ਪੰਜਾਬ ਦੇ ਵਿੱਚ ਮੰਤਰੀਆਂ ਤੇ ਅਫਸਰਾਂ ਦੇ ਝਗੜੇ ਤੋਂ ਬਾਅਦ ਹੁਣ ਮੰਤਰੀਆਂ ਅਤੇ ਵਿਧਾਇਕਾਂ ਦਾ ਝਗੜਾ ਆਪਸ ਵਿੱਚ ਸ਼ੁਰੂ ਹੋ ਚੁੱਕਿਆ ਹੈ ਅਤੇ ਇੱਕ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਚਰਨਜੀਤ ਸਿੰਘ ਚੰਨੀ ਨੂੰ ਇਹ ਧਮਕੀ ਦੇ ਦਿੱਤੀ ਹੈ ਕਿ ਜੇ ਬਹੁਤਾ ਬੋਲੇ ਤਾਂ ਉਹਨਾਂ ਦੇ ਖਿਲਾਫ ਇਨਕੁਆਇਰੀ ਖੋਲ ਦਿੱਤੀ ਜਾਏਗੀ ਜਿਸ ਤੋਂ ਬਾਅਦ ਕਾਂਗਰਸ ਦੇ ਵਿਧਾਇਕਾਂ ਨੇ ਚਰਨਜੀਤ ਸਿੰਘ ਚੰਨੀ ਦੇ ਪੱਖ ਵਿੱਚ ਆਉਣ ਦਾ ਫੈਸਲਾ ਕਰ ਲਿਆ ਅਤੇ ਕੈਪਟਨ ਤੱਕ ਪਹੁੰਚਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਇਸ ਦਾ ਖੁਲਾਸਾ ਕੀਤਾ ਹੈ ਭੋਆ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰ ਪਾਲ ਨੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਇਸ ਪੂਰੇ ਮਸਲੇ ਨੂੰ ਦੇਖਦਿਆਂ ਕਾਂਗਰਸ ਪਾਰਟੀ ਤੇ ਤਿੱਖੇ ਵਾਰ ਕੀਤੇ ਨੇ ਅਮਨ ਅਰੋੜਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਕੋਰੋਨਾ ਵਾਇਰਸ ਤੋਂ ਵੀ ਵੱਡੀ ਮਹਾਮਾਰੀ ਕਾਂਗਰਸ ਚਿੰਬੜ ਗਈ ਹੈ ਜਿਸ ਲਈ ਹੁਣ ਪੰਜਾਬ ਦਾ ਰਾਬੀ ਰੱਖ ਹੈ ਅਮਨ ਅਰੋੜਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਲਗਜ਼ਰੀ ਇਕਾਂਤਵਾਸ ਵਿੱਚ ਬੈਠੇ ਨੇ ਅਤੇ ਸਰਕਾਰ ਵੈਂਟੀਲੇਟਰ ਉੱਤੇ ਹੈ ਭੁੱਖੇ ਅਤੇ ਗਰੀਬ ਲੋਕ ਸੜਕਾਂ ਤੇ ਨੇ ਅਰਥ ਵਿਵਸਥਾ ICU ਦੇ ਵਿੱਚ ਹੈ ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਟਵੀਟ ਕਰਕੇ ਤਿੱਖੇ ਵਾਰ ਕੀਤੇ ਨੇ ਅਮਨ ਅਰੋੜਾ ਨੇ ਆਪਣੇ ਬਿਆਨ ਦੇ ਵਿੱਚ ਆਖਿਆ ਕਿ ਪੰਜਾਬ ਦੇ ਵਿੱਚ ਸਰਕਾਰ ਆਪਸ ਵਿੱਚ ਲੜ ਰਹੀ ਹੈ ਜਦਕਿ ਬਾਕੀ ਸੂਬਿਆਂ ਤੇ ਦੇਸ਼ਾਂ ਦੀਆਂ ਸਰਕਾਰਾਂ ਕੋਰੋਨਾ ਦੀ ਮਹਾਮਾਰੀ ਨਾਲ ਜੂਝ ਰਹੇ ਨੇ ਦੇਖੋ ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਜਿੱਥੇ ਪਹਿਲਾਂ ਪੰਜਾਬ ਦੇ ਵਿੱਚ ਵਜ਼ੀਰਾਂ ਦੇ MLA ਦੇ ਵਿਚਾਲੇ ਚੀਫ ਸੈਕਟਰੀ ਦੇ ਵਿਚਾਲੇ ਝਗੜਾ ਕਲੇਸ਼ ਚੱਲ ਰਿਹਾ ਸੀਗਾ ਇਹ ਝਗੜਾ ਹੁਣ ਮੰਤਰੀਆਂ ਦੇ MLA ਦੇ ਵਿੱਚ ਆਪਸ ਦੇ ਵਿੱਚ ਵੀ ਪੈ ਗਿਆ ਮੈਂ ਸਮਝਦਾ ਕਿ ਕੋਰੋਨਾ ਵਾਇਰਸ ਨਾਲੋਂ ਵੀ ਵੱਡੀ ਮਹਾਮਾਰੀ ਕਾਂਗਰਸ ਪੈਂਡੇਮਿਕ ਕਾਂਗਰਸ ਮਹਾਮਾਰੀ ਨਾਂ ਦੀ ਬਿਮਾਰੀ ਹੈ ਜਿਹੜੀ ਉਹ ਪੰਜਾਬ ਨੂੰ ਹਿੱਟ ਕਰ ਚੁੱਕੀ ਹੈ ਜਿਸ ਦੇ ਵਿੱਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਆਪਦੇ ਲਗਜ਼ਰੀ ਆਰਾਮਦਾਇਕ ਇਕਾਂਤਵਾਸ ਦੇ ਵਿੱਚ ਨੇ ਗਵਰਨੈਂਸ ਹੈ ਜਿਹੜੀ ਸਰਕਾਰ ਹੈ ਜਿਹੜੀ ਉਹ ਵੈਂਟੀਲੇਟਰ ਦੇ ਉੱਪਰ ਹੈ ਆਮ ਲੋਕ ਨੇ ਜਿਹੜੇ ਉਹ ਸੜਕਾਂ ਦੇ ਉੱਪਰ ਧੱਕੇ ਖਾ ਰਹੇ ਨੇ ਸ਼ਰਾਬ ਮਾਫੀਆ ਜਿਹੜਾ ਉਹ ਬੁੱਲੇ ਲੁੱਟ ਰਿਹਾ ਹੈ ਔਰ ਜਿਹੜੀ ਪੰਜਾਬ ਦੀ ਇਕੋਨਮੀ ਹੈ ਉਹ ICU ਦੇ ਵਿੱਚ ਹੈ ਉਹ ਮਰਨ ਕਿਨਾਰੇ ਪਈ ਹੈ ਪਰ ਕਿਸੇ ਦਾ ਕੋਈ ਧਿਆਨ ਨਹੀਂ ਹੈ ਮੈਂ ਸਮਝਦਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਰੱਬ ਹੀ ਰੱਖ ਹੈ ਪੰਜਾਬ ਦਾ ਅਤੇ ਅੱਜ ਪੰਜਾਬ ਦੇ ਲੋਕ ਪਛਤਾ ਰਹੇ ਨੇ ਕਿ ਕਿਹੜਾ ਉਹ ਸਮਾਂ ਸੀਗਾ ਜਦ ਅੱਜ ਤੋਂ 3 ਸਾਲ ਪਹਿਲਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਬਾਗਡੋਰ ਸੰਭਾਲ ਦਿੱਤੀ ਸੀਗੀ ਅਜਿਹੇ ਹਾਲਾਤਾਂ ਦੇ ਵਿੱਚ ਜਦ ਸਾਰੀ ਪੋਲੀਟੀਕਲ ਲੀਡਰਸ਼ਿਪ ਸਾਰੀਆਂ ਸਰਕਾਰਾਂ ਕੋਰੋਨਾ ਦੀ ਅਤੇ ਇਕੋਨਮੀ ਦੀ ਲੜਾਈ ਲੜ ਰਹੀਆਂ ਨੇ ਅਤੇ ਪੰਜਾਬ ਸਰਕਾਰ ਆਪਸ ਦੇ ਵਿੱਚ ਲੜਨ ਦੇ ਵਿੱਚ ਮਸ਼ਰੂਫ ਹੈ